ਅਸਲਾਮ ਵਾਲੇਕਮ ਗਾਈਸ, ਮੈਂ ਮੁਹੰਮਦ ਨਈਮ ਔਰ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਵਲੌਗ 133 ਔਰ ਫੇਸਬੁੱਕ ਪੇਜ ਪੰਜਾਬੀ ਵਲੌਗ 133 ਤੋਂ। ਅਤੇ ਮੈਂ ਜਾ ਰਿਹਾ ਆਟਾ ਲੈਣ, ਅਤੇ ਉਹਨੇ ਕਿਹਾ ਜਿੰਦ ਮਾਈ ਸਾਈਕਲ 'ਤੇ ਟੁਰਿਆ ਜਾਂਦਾ ਆਟਾ ਲੈਣ। ਬੁਆਈ ਮੈਂ ਲਾਇਆ ਕਿ ਦੇਸੀ ਜੁਗਾੜ, ਠੀਕ ਹੈ। ਇਹ ਪਿਆ ਸੀ ਅੰਡਰਗਰਾਊਂਡ ਵਾਇਰਾਂ ਨਾਲ ਪਲਾਸਟਿਕ ਪਾਇਪ, ਇਹਨੂੰ ਅੱਗੇ ਜੋੜ ਫਿੱਟ ਕੀਤਾ, ਅਤੇ ਨਾਲ ਮੈਂ ਕਹਿੰਦਾ ਕਿਉਂਕਿ ਦੀਵਾਰ ਹੈ ਸਾਡੀ ਉੱਚੀ, ਇਹਨੂੰ ਹੁਣ ਕਰਨੀ ਤਰਾਈ। ਅਤੇ ਤਰਾਈ ਦਾ ਬਿਹਤਰ ਅਮਲ ਤਾਂ ਇਹ ਹੁੰਦਾ ਕਿ ਪ੍ਰੈਸ਼ਰ ਤੋਂ ਬਗੈਰ ਪਾਣੀ ਦਿੱਤਾ ਜਾਵੇ। ਅਤੇ ਇਹ ਇੱਕ ਮੈਂ ਟੋਟਕਾ ਚਾਲੂ ਕੀਤਾ, ਵੇਖਣੇ ਕਿ ਵੀ ਕੋਈ ਕਾਰਾਮਦ ਹੋਇਆ ਵੀ ਹੈ ਕਿ ਜਾਂ ਨਹੀਂ, ਵੇਖਣੇ ਆ। ਓ ਹੋ ਹੋ ਹੋ, ਕਿਸੇ ਹੱਦ ਤੱਕ ਤਾਂ ਠੀਕ ਰਹਿ ਗਿਆ, ਪੈਪ ਪਹੁੰਚ ਤਾਂ ਗਿਆ ਤੋੜ, ਲੇਕਿਨ ਅਸਲ ਪਿੱਛੇ ਮਸਲਾ ਵੀ ਬਣ ਗਿਆ। ਵੇਖੋ ਪੈਪ ਬਾਹਰ ਪਿਆ ਸੀ, ਇਹ ਗਿਆ ਸਾਰਾ ਟੁੱਕਿਆ, ਲੇਕਿਨ ਚਲੋ ਕੁਛ ਕਰਨੇ ਆ ਇਹਦਾ ਵੀ ਹੱਲ। ਮੈਂ ਇੱਕ ਗਾਈ ਦਾ ਜੀ, ਸਾਡੇ ਘਰ ਮੇ ਵੀ ਆ ਗਈ ਮਹਿਮਾਨ, ਇਹ ਛਿਣ 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 ਕਰਦੀ ਛਿਣ ਛਿਣ। ਅਸੀਂ ਦੁਪਹਿਰ ਦੇ 11 ਵੱਜ ਗਏ, ਅਤੇ 12 ਸਾਢੇ 11 ਹੋ ਗਏ ਖੁੱਲ੍ਹ ਕੇ। ਨਾਸ਼ਤਾ ਅਸੀਂ ਹੁਣ ਕਰਨ ਲੱਗੇ, ਅਸੀਂ ਕਮਰੇ ਜਾਏ ਤਾਂ ਇਹ ਵੀ ਨਾਲ ਆ ਗਈ। ਕਿੱਧਰ ਆ, ਮਤਲਬ ਜੇ ਹੈ ਸਾਡੇ ਹਮਸਾਇਆ ਦੀ ਨਾ, ਸਾਡੇ ਘਰ ਮਤਲਬ ਹਰਿਆਲੀ ਵਗੈਰਾ ਤਾਂ ਬਹੁਤ ਜ਼ਿਆਦਾ, ਉਹ ਫਿਰ ਇੱਥੇ ਅਸੀਂ ਅੱਜ ਸੁਬਾਹ ਲੈਣ ਦੀ ਅਸੀਂ ਆਪ ਹੀ ਉਹ ਗਈ ਬਾਹਰ, ਅੱਜ ਅਸੀਂ ਲੈਣ ਦੀ ਅਸੀਂ ਕਿਹਾ ਵੀ ਚਲੋ ਇੱਥੇ ਫਿਰਦੀ ਰਹੇਗੀ, ਅਜਾਸ਼ੀ ਕਰੇਗੀ, ਖਾਏ ਪੀਏਗੀ, ਖੁੱਲ੍ਹਾ ਮਾਹੌਲ ਗਲਾ ਵੇਖ ਰਹੇ ਜਾਂ ਬਾਹਰ ਹਰਿਆਲੀ ਸ਼ਰਿਆਲੀ ਬਹੁਤ ਜ਼ਿਆਦਾ। ਦੋ ਚਾਰ ਦਿਨ ਜਿਹੜਾ ਕੁਛ ਅਸੀਂ ਹੈ ਹਫ਼ਤਾ ਜੇ ਇੱਥੇ ਮਹੀਨਾ ਰਹੇਗੀ ਖੁੱਲ੍ਹੀ, ਇੱਕ ਤਾਂ ਫਿਰੇ ਟੁਰੇਗੀ ਅਤੇ ਦੂਸਰਾ ਖਾਏ ਪੀਏਗੀ। ਹੁਣ ਬਾਈ ਚਾਹ ਪੀਣੀ ਤਾਂ ਹਾਜ਼ਰ ਜੀ, ਬੜੇ ਦਿਨਾਂ ਬਾਅਦ ਮੈਂ ਚਾਹ ਪੀਣ ਲੱਗਾ, ਥਕਾਵਟ ਬਹੁਤ ਹੋਈ ਪਈ ਹੈ। ਅਤੇ ਅੱਜ ਮੌਸਮ ਮਾਸ਼ਾਅੱਲਾ ਪਿਆਰਾ ਬਣਿਆ, ਵੇਖੋ ਬਾਹਰ ਬੱਕਰੀ ਜਿਹੜੀ ਲੇਲੀ ਉਹ ਵੀ ਇੰਜੋਏ ਕਰ ਰਹੀ ਹੈ। ਉਹ ਤੁਹਾਨੂੰ ਬਾਹਰ ਦਾ ਵੈਦਰ ਵੀ ਵਿਖਾਉਂਦੇ ਹਾਂ, ਬਾਹਰ ਨਿਕਲ ਕੇ ਨਾ ਮੈਂ ਚਾਹ ਪੀ ਲਵਾਂ, ਚਾਹ ਪੀ ਕੇ ਤੁਹਾਨੂੰ ਵੈਦਰ ਵਿਖਾਉਂਦਾ। ਮਾਸ਼ਾਅੱਲਾ ਅੱਜ ਤਾਂ ਬਰਸਾਤ ਵਾਲਾ ਮੌਸਮ ਬਣਿਆ, ਲੇਕਿਨ ਦੇਖੋ ਬਰਸਾਤ ਹੁੰਦੀ ਹੈ ਜਾਂ ਨਹੀਂ ਹੁੰਦੀ। ਜਦੀਰ ਟੈਕਨੋਲੋਜੀ, ਪਹਿਲੇ ਲੋਕ ਹੱਥਾਂ ਦੇ ਨਾਲ ਘਰਾਂ ਦੇ ਦਾਣੇ ਸਾਫ਼ ਕਰਦੇ ਹੁੰਦੇ, ਹੁਣ ਮਸ਼ੀਨਾਂ ਆ ਗਈਆਂ। ਦੇਖੋ ਇਹ ਇੱਥੇ ਦਾਣੇ ਵਿੱਚ ਇਹਦੇ ਪਾਉਂਦੇ, ਠੀਕ ਹੈ ਜੀ। ਬੰਬੂ ਬਣਿਆ ਹੋਇਆ ਵੱਡਾ ਹਰਾ, ਇਹਦੇ ਵਿੱਚ ਹੁੰਦੀ ਦਾਣੇ ਥੱਲੇ ਆ ਰਹੇ ਆ ਇਹਦੇ ਵਿੱਚੋਂ, ਇਸ ਤਰ੍ਹਾਂ ਲੈ ਦੇ ਇਹਦੇ ਵਿੱਚੋਂ ਦਾਣੇ ਫਿਰ ਕਿਧਰੇ ਹੁੰਦੇ ਆ ਲੈ ਦੇ। ਰੇਤ ਕਚਰੇ ਵਾਸਤੇ ਲੈਦਾ, ਔਰ ਮਤਲਬ ਜਿਹੜਾ ਵੱਡਾ ਕਣਕ ਦਾ ਹੁੰਦਾ ਨਾ, ਗੰਦਮ ਦਾ ਜਿਵੇਂ ਹੈ ਅੱਗੇ ਸੋਨੇ ਦੇ ਵਿੱਚ ਪਿਆ ਹੋਇਆ ਉਹ ਕਚਰਾ ਵਗੈਰਾ ਉਹ ਲਹਿਦਾ ਹੁੰਦਾ ਜਾਂਦਾ ਪਰਲੇ ਪਾਸੇ, ਔਰ ਰੇਤ ਵਗੈਰਾ ਜਿਹੜੀ ਉਹ ਲਹਿਦਾ, ਔਰ ਦਾਣੇ ਜਿਹੜੇ ਆ ਉਹ ਦੇਖੋ ਤੁਹਾਨੂੰ ਦਿਖਾਉਂਦਾ। ਇੱਥੋਂ ਦਾਣੇ ਸਾਫ਼ ਹੋ ਕੇ ਇਹ ਥੱਲੇ ਆ ਰਹੇ, ਅਸੀਂ ਦਾਣੇ ਸਾਫ਼ ਹੋ ਕੇ ਫਿਰ ਚਾਹੇ ਗੱਡੀਆਂ ਦੇ ਵਿੱਚ ਸਟਾਕ ਕਰ ਲਓ, ਜਾਂ ਚਾਹੇ ਤਾਂ ਦੁਬਾਰਾ ਮਤਲਬ ਕਸਾਈ ਵਾਸਤੇ ਦਾਣੇ ਤਿਆਰ। ਇਹ ਸਾਡਾ ਹੈ ਜੀ ਸਟਾਫ ਸਾਹਮਣੇ, ਸੜਕ ਨਜ਼ਰ ਆ ਰਹੀ ਨਾ ਤੁਹਾਨੂੰ, ਅਤੇ ਮੈਨੂੰ ਤਾਂ ਹਜੇ ਪਹੁੰਚਣ ਤਾਂ ਕਹਿੰਦੇ ਨਾ ਹਜੇ ਥੋੜ੍ਹੀ ਦੇਰ ਹੈ,
ਹੁਣ ਕਹਿੰਦੇ ਦਸਤੀ ਮਤਲਬ ਤਿਆਰ ਕਰ ਦਿੰਦੇ, ਆਟਾ ਬਣਾ ਦਿੰਦੇ। ਸੁਬਹਾ ਦੇ ਤਿੰਨ ਚੱਕਰ ਲਾ ਲਏ ਮੈਂ, ਘਰ ਦੇ ਕੰਮ ਕਰਨੇ, ਕਲੋਜ਼ਿੰਗ ਕਰਨੀ, ਵਾਪਸ ਅੱਜ ਰਿੰਗਰ ਖਾਨ ਦੀ ਵਾਪਸੀ ਵੀ ਹੈ ਤਾਂ ਅੱਲਾ ਖੈਰ ਕਰੇ, ਲੇਕਿਨ ਬਸ ਪਤਾ ਨਹੀਂ ਦੇਖੋ ਕਦੋਂ। ਇਹ ਦੇਖੋ ਜਿਹੜਾ ਮਾਸ਼ਾਅੱਲਾ ਕਿੱਡਾ ਵੱਡਾ ਸੈੱਟ ਬਣਾਇਆ, ਇਹ ਨਾਲ ਆਰਾ ਵੀ ਲੱਗਾ ਹੋਇਆ। ਇੱਥੇ ਮਤਲਬ ਲੱਕੜੀ ਦੀ ਕਟਾਈ ਹੁੰਦੀ ਹੈ ਨਾ ਗਾਈਸ, ਇਹ ਜਿਹੜੀ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਲੱਕੜਾਂ ਹੁੰਦੀਆਂ ਨਾ, ਤੁਸੀਂ ਦੇਖ ਰਹੇ ਹੋ ਨਾ, ਇਹ ਲੱਕੜ, ਇਹ ਜਿਤਨੀ ਇਹ ਲੱਕੜ ਕਟਾਈ ਹੋ ਗਈ ਪਈ, ਉਹ ਅੱਗੇ ਦੇਖੋ ਨਾ, ਇਹ ਮੋਟੀ ਲੱਕੜ ਪਈ ਵੱਡੀ, ਜਿੱਡਾ ਮਰਜ਼ੀ ਵੱਡੀ, ਜਿੱਡੇ ਮਰਜ਼ੀ ਮਤਲਬ ਮੋਟੀ ਲੱਕੜ ਹੋਵੇ, ਸਭ ਕਟਾਈ ਹੋ ਕੇ ਇਹ ਆਰੇ ਦੇ ਉੱਤੇ ਇਹ ਬਲੇਡ ਲੱਗਾ ਹੁੰਦਾ। ਇਹ ਦੇਖੋ ਇਹ ਬਲੇਡ ਹੁੰਦਾ ਆਰਾ, ਇਹ ਦੇਖ ਰਹੇ ਹੋ ਨਾ, ਇਹ ਵਾਲਾ, ਇਹ ਐਲਾ, ਇਹ ਵਾਲਾ, ਇਹਦੇ ਨਾਲ ਕਟਾਈ ਹੋ ਕੇ ਅਤੇ ਇੱਥੇ ਇੱਕ ਜਗ੍ਹਾ ਬਣੀ ਹੁੰਦੀ ਬੰਦਿਆਂ ਦੇ ਖਲੋਣ ਵਾਸਤੇ, ਇੱਧਰ ਖਲੋ ਕੇ ਮਤਲਬ ਲੱਕੜੀ ਨੂੰ ਧੇਕਦੇ ਆ ਅੱਗੇ ਨੂੰ, ਅਤੇ ਲੱਕੜੀ ਜਿਹੜੀ ਕਟਾਈ ਹੋ ਕੇ ਅਤੇ ਅੱਗੇ ਸਾਈਡ ਨੂੰ ਨਿਕਲਦੀ ਜਾਂਦੀ। ਮਾਸ਼ਾਅੱਲਾ ਬਹੁਤ ਵੱਡਾ ਨਾ ਸੈੱਟ ਬਣਾਇਆ ਇੱਥੇ, ਉਹ ਤੁਹਾਨੂੰ ਇੱਕ ਹੋਰ ਚੀਜ਼ ਵਿਖਾਵਾਂ। ਇਹ ਦੇਖੋ ਇਹ ਬਰੀਕ ਬਰੀਕ ਫੱਟੀਆਂ ਤਿਆਰ ਹੋ ਰਹੀਆਂ ਨਾ, ਇਹ ਫੱਟੀ ਉਹ ਹੈ ਕਿ ਜਿਹੜੀ ਮਤਲਬ ਜਿਹਦੇ ਵਿੱਚ ਨਾ ਫਰੂਟ ਵਗੈਰਾ ਹੁੰਦਾ, ਅਕਸਰ ਪੇਟੀਆਂ ਬਣੀਆਂ ਹੁੰਦੀਆਂ ਨੇ ਸਬਜ਼ੀ ਮੰਡੀ ਤੋਂ ਜਾਂ ਮਾਲਟ ਵਗੈਰਾ ਲਓ, ਪੇਟੀ ਬਣੀ ਹੁੰਦੀ, ਇਹ ਫੱਟੀ ਫਿਰ ਉਸ ਪੇਟੀ ਵਾਸਤੇ ਤਿਆਰ ਹੁੰਦੀ। ਇਹ ਸਾਰਾ ਕੰਮ ਇੱਥੇ ਮਾਸ਼ਾਅੱਲਾ ਨਾ, ਇਹ ਲੱਕੜੀ ਪਹਿਲੇ ਚਰਾਈ ਹੁੰਦੀ, ਚਰਾਈ ਤੋਂ ਬਾਅਦ ਫਿਰ ਇਸ ਤਰ੍ਹਾਂ ਇਹ ਅੱਗੇ ਫੱਟੇ ਨੇ, ਇਹ ਫੱਟੇ ਮਤਲਬ ਮੁਖਤਲਿਫ ਚੀਜ਼ਾਂ 'ਚ ਫਿਰ ਇਸਤੇਮਾਲ ਹੁੰਦੇ ਆ, ਠੀਕ ਹੈ। ਇੱਥੇ ਕੋਈ ਐਸੀ ਚੀਜ਼ ਐਸੀ ਨਹੀਂ ਹੈ ਜਿਹੜੀ ਕਾਰਾਮਦ ਨਾ ਹੋਵੇ, ਇਹ ਫੱਟੇ ਵੀ ਕਿਸੇ ਨਾ ਕਿਸੇ ਕੰਮ ਆ ਜਾਂਦੇ ਆ, ਮੁਖਤਲਿਫ ਚੀਜ਼ਾਂ 'ਚ ਕੰਮ ਆਉਂਦੇ ਨਾ। ਜਿਸ ਤਰ੍ਹਾਂ ਇਹ ਦੇਖੋ, ਇਹ ਸਾਹਮਣੇ ਫੱਟਾ ਬਣਿਆ ਹੋਇਆ, ਇਹ ਸਾਹਮਣੇ ਫੱਟਾ ਲੱਗਾ, ਇਹ ਦੇਖੋ ਬਹਿਣ ਵਾਸਤੇ ਨਾਲ ਜਗ੍ਹਾ ਬਣਾਈ ਹੋਈ ਹੈ, ਠੀਕ ਹੈ। ਇੱਥੇ ਫੱਟੇ ਕੰਮ ਆ ਜਾਂਦੇ ਆ, ਔਰ ਇਹ ਦੇਖੋ ਛੋਟੀ ਛੋਟੀ ਇਹ ਜਿਹੜੀਆਂ ਚੀਜ਼ਾਂ ਨੇ, ਇਹ ਬਾਲਣ ਦੇ ਤਾਂ ਮਤਲਬ ਇਸਤੇਮਾਲ ਜਾਂਦੀ ਜਾਂਦੀ ਈਂਧਨ ਦੇ ਤੌਰ 'ਤੇ, ਲੇਕਿਨ ਵੀ ਕਿਤੇ ਨਾ ਕਿਤੇ ਕੰਮ ਆ ਜਾਂਦੀਆਂ ਨੇ। ਇਹ ਦੇਖੋ ਜਿਵੇਂ ਆਹ ਫੱਟੀ ਤਿਆਰ ਹੋਈ ਪਈ ਹੈ ਨਾ, ਇੱਕ ਪੇਟੀ, ਇਸ ਤਰ੍ਹਾਂ ਪੇਟੀ ਤਿਆਰ ਹੁੰਦੀਆਂ ਹੁੰਦੀਆਂ ਪੇਟੀਆਂ। ਔਰ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ, ਇਹ ਦੇਖੋ ਗਾਇਸ, ਇਹ ਚੀਜ਼ ਪਛਾਣੋ, ਇਹ ਕੀ ਚੀਜ਼, ਇਹਨੂੰ ਕਹਿੰਦੇ ਨੇ ਪਿੰਨੇ, ਸਾਡੇ ਮਤਲਬ ਦਿਹਾਤੀ ਮਤਲਬ ਇਹਨੂੰ ਕਹਿੰਦੇ ਨੇ ਪਿੰਨਾ। ਇਹ ਮਤਲਬ ਪੂਰਾ ਬੰਡਾ ਬਣਿਆ ਹੋਇਆ, ਇਹ ਇੱਕ ਪਿੰਨਾ ਹੁੰਦਾ, ਤੁਹਾਨੂੰ ਮੈਂ ਖੁੱਲ੍ਹਾ ਨਜ਼ਰ ਆ ਜਾਂਦਾ ਨਾ। ਇਹ ਦੇਖੋ ਇਹ ਸਾਰੇ ਪਏ ਖੁੱਲ੍ਹੇ, ਇਸ ਦੇ ਨਾਲ ਮਤਲਬ ਜਿਹੜੀ ਗੰਦਮ ਦੀਆਂ ਢੇਰੀਆਂ, ਮੈਂ ਤੁਹਾਨੂੰ ਪਿਛਲੇ ਆਪਣੇ ਵਲੋਗਾਂ ਦੇ ਵਿੱਚ ਦਿਖਾ ਚੁੱਕਿਆ ਨਾ, ਦਿਖਾ ਚੁੱਕਿਆ ਗੰਦਮ ਦੀਆਂ ਢੇਰੀਆਂ, ਮਤਲਬ ਪਹਿਲੇ ਫਸਲ ਥੱਲੇ ਜ਼ਮੀਨ 'ਤੇ ਪਈ ਹੁੰਦੀ, ਫਿਰ ਉਹਦਾ ਇੱਕ ਢੇਰੀ ਬਣਾਉਂਦੇ ਨੇ ਨਾ ਭਰੀ, ਇਹਦੇ ਨਾਲ ਇਹਨੂੰ ਬੰਨਦੇ ਨੇ, ਇਹਨੂੰ ਪਹਿਲੇ ਗਿੱਲਾ ਕਰੀਦਾ, ਗਿੱਲਾ ਕਰਕੇ ਫਿਰ ਇਹਦੇ ਨਾਲ ਭਰੀ ਬੰਨਦੇ ਨੇ, ਔਰ ਇਹਨੂੰ ਇਸ ਤਰ੍ਹਾਂ ਹੀ ਇਸਤੇਮਾਲ ਕਰੋ, ਖਿੱਚੋ ਅਤੇ ਇਹ ਟੁੱਟ ਜਾਂਦਾ। ਔਰ ਅੱਜ ਕੱਲ੍ਹ ਤਾਂ ਵੈਸੇ ਜਦੀਦ ਕਈ ਹੋਰ ਚੀਜ਼ਾਂ ਵੀ ਆ ਗਈਆਂ ਨੇ, ਪਹਿਲੇ ਇਹਨਾਂ ਦੇ ਨਾਲ ਬੰਨਦੇ ਹੁੰਦੇ ਸੀ, ਜਾਂ ਫਿਰ ਸੁੱਬੜ ਹੁੰਦਾ, ਉਹ ਮਤਲਬ ਉੱਥੋਂ ਅੰਦਰੋਂ ਹੀ ਉਹਨੂੰ ਤਿਆਰੀ ਕਰਕੇ ਨਾ ਉਹਦੀ। ਇਹ ਭਾਈ ਲੈ ਕੇ ਜਾ ਰਿਹਾ ਸੇਬੇ, ਇਹ ਦੇਖੋ ਇਹ ਬੋਰੀ ਦਾ ਹੀ ਬਣਿਆ ਹੁੰਦਾ ਸੇਬਾ, ਇਹਦੇ ਨਾਲ ਗੰਦਮ ਦੀਆਂ ਜਿਹੜੀਆਂ ਵੱਡੀਆਂ ਬੋਰੀਆਂ ਹੁੰਦੀਆਂ ਉਹ ਸਿਲਾਈ ਕਰਦੇ ਇਹਨਾਂ ਦਾ ਮੂੰਹ ਵਗੈਰਾ। ਇਹ ਦੇਖੋ ਗਾਈਸ, ਇੱਧਰ ਸੇ ਹੈ ਆਸਮਾਨ ਖਾਲੀ ਖਾਲੀ, ਇੱਧਰ ਸੇ ਹੈ ਭਰਾ ਭਰਾ, ਆ ਭਰਾ 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 ਭਰਾ। ਇਹ ਦੇਖੋ ਬੱਦਲ ਬਣੇ ਹੋਏ, ਬਰਸਾਤ ਕਾ ਮੌਸਮ ਹੈ, ਅਤੇ ਸੂਰਜ ਕਿੱਥੇ ਹੈ, ਸੂਰਜ 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 ਇਹ ਹੈ ਇੱਧਰ, ਇੱਥੇ ਹੈ ਸੂਰਜ, ਹੈ ਨਹੀਂ 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 ਇਹ ਇੱਧਰ, ਇਹ ਸੂਰਜ ਸਾਹਮਣੇ, ਇਹ ਦੇਖੋ ਕਾਲੇ ਦੇ ਨਾਲ ਚਿੱਟਾ, ਜਿੱਥੇ ਦੋ ਬੱਦਲਾਂ ਦੇ ਦਰਮਿਆਨ ਆਪਸ ਮਿਲਾਪ ਹੋ ਰਿਹਾ ਗੈਪ, ਇੱਥੇ ਚਿੱਟੇ ਚਿੱਟੇ ਦੇ ਨਾਲ, ਇੱਥੇ ਸਾਹਮਣੇ ਸੂਰਜ, ਇਹ ਸੂਰਜ ਖੜਾ, ਯਾਨੀ ਕਿ ਸਮਝੋ ਬਿਲਕੁਲ ਸਿਰ ਦੇ ਉੱਪਰ, ਸਿਰ ਦੇ ਉੱਤੇ ਦੇਖੋ, ਖੈਰ ਕੀ ਬਣਦਾ ਅੱਜ ਮੇਰੀ ਅੰਜ ਮੈਂਡੀ ਵਾਪਸੀ ਵੀ ਹੈ, ਭਾਵੇਂ ਤਾਂ ਬਰਸਾਤ ਵਿੱਚ ਗਿੱਲਾ ਠੀਕ ਗਿਆ ਅਤੇ ਭਾਵੇਂ ਸੁੱਕੇ ਸੁੱਕੇ ਵਗ ਗਏ ਵਾਪਸ। ਇਹ ਵੇਖੋ ਜੀ ਸਾਡੀ ਬੱਕਰੀ ਇੱਥੇ ਬੈਠੀ ਹੋਈ ਸੀ, ਹੁਣ ਕੈਮਰਾ ਮੈਂ ਆਨ ਕੀਤਾ ਅਤੇ ਉੱਠ ਕੇ ਮੇਰਾ ਨੂੰ ਟੁਰ ਪਈ, ਕਿਆ ਸਕੂਨ ਨਾਲ ਕਮਰੇ ਦੇ ਅੰਦਰ ਬੈਠੀ, ਮਜ਼ੇ ਕਰ ਰਹੀ, ਇੰਜੋਏ ਕਰ ਰਹੀ। ਹਾਂ ਵੀ ਕਿੱਧਰ ਚੱਲੀ ਹੈ, ਹੈਂ ਕਿੱਧਰ ਚੱਲੀ ਹੈ,
ਤੂਫਾਨੀ 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 ਹਨੇਰੀ ਓਏ ਹੋਏ ਹੋਇਆ ਦੇਖੋ ਕਿਵੇਂ ਧੂੜ ਹੀ ਧੂੜ ਹਰ ਪਾਸੇ ਓਏ ਹੋਏ ਹੋਏ ਦੇਖੋ ਨਜ਼ਰ ਆ ਰਿਹਾ ਨਾ ਕਿਵੇਂ ਤੌਬਾ ਡਸਟ ਡਸਟ ਚੈੱਕ ਕਰੋ ਤੁਸੀਂ ਓਏ ਹੋਏ 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 ਇੱਧਰ ਚੈੱਕ ਕਰੋ ਨਹੀਂ ਜੇ ਤਾਂ ਬਾਰਿਸ਼ ਪੈ ਜਾਵੇ ਫਿਰ ਤਾਂ ਠੀਕ ਹੈ ਚਲੋ ਕੋਲਾ ਕਰੇ ਧੂੜ ਬਹਿ ਜਾਏਗੀ ਨਹੀਂ ਤਾਂ ਧੂੜ ਨਹੀਂ ਬਹਿਣੀ ਹੁਣ ਕੈਮਰੇ 'ਚ ਤਾਂ ਇੰਨਾ ਪਤਾ ਨਹੀਂ ਲੱਗਦਾ ਲੇਕਿਨ ਮੋਜੀ ਵੇਖੋ ਤਾਂ ਨਿਰਾ ਧੂੜਾ ਹੀ ਧੂੜ ਹੈ ਵੇਖੋ ਕੋਈ ਚੀਜ਼ ਇੱਥੇ ਸਹੀ ਪਤਾ ਲੱਗਦਾ ਹੈ ਹਾਂ ਇੱਥੋਂ ਦਰਖਤਾਂ ਨੂੰ ਪਤਾ ਲੱਗਦਾ ਸਹੀ ਲੱਗਦਾ ਆ ਜਾਣਾ ਬਾਰਿਸ਼ ਵੀ ਆਏਗੀ ਅੱਲਾ ਕਰੇ ਓਏ ਹੋਏ ਹੋਏ ਇੱਧਰ ਵੇਖੋ ਆਹ ਵੇਖੋ ਇੱਥੇ ਮਹਿਸੂਸ ਕਰੋ ਕਿੰਨਾ ਧੂੜ ਹੀ ਧੂੜ ਆ ਵੇਖੋ ਇੱਥੇ ਮਹਿਸੂਸ ਹੋ ਰਿਹਾ ਨਾ ਓਏ ਹੋਏ 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 ਕਾਲੀ ਘੱਟ ਚੜੀ ਗਈ ਹੈ ਕਾਲੀ ਘਟਾ ਗਾਇਸ ਕਾਲੀ ਘਟਾ ਪਹਿਲੇ ਕੀ ਵੇਖਿਆ ਆਹ ਵੇਖੋ ਤੋਬਾ 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 ਕਾਲਾ ਬਾਦਲ ਹੋਏ ਹੋਏ ਕਾਲੇ ਬੱਦਲ ਤੋਬਾ 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 ਆਹ ਦੇਖੋ ਗਰਜ ਚਮਕ ਵੀ ਬਹੁਤ ਜ਼ਿਆਦਾ ਹੋ ਰਹੀ ਲੇਕਿਨ ਪਤਾ ਨਹੀਂ ਕਿ ਮੋਬਾਈਲ ਦੇ ਵਿੱਚ ਪਤਾ ਚੱਲਦਾ ਜਾਂ ਨਹੀਂ ਚੱਲਦਾ ਹੈ ਤਾਂ ਲੱਭਾ ਧਿਆਨ ਨਾ ਗਾਈ ਦੇਖੋ ਕਿਉਂਕਿ ਕਿੰਨਾ ਮੌਸਮ ਖਰਾਬ ਹੋਇਆ ਬੱਦਲ ਬਣੇ ਕਾਲੇ ਸਿਆਹ ਬੱਦਲ ਹੋ ਰਿਹਾ ਦੇਖੋ ਵਿੱਚੋਂ ਸੂਰਜ ਵੀ ਨਜ਼ਰ ਆ ਰਿਹਾ ਉਹ ਗਰੂਬ ਦਾ ਟਾਈਮ ਹੈ ਔਰ ਦੇਖੋ ਹਾਂਜੀ ਗਾਈ ਚੱਲ ਵਿਦਾ ਹੋ ਗਿਆ ਸਾਹਮਣੇ ਥ੍ਰੈਸ਼ਰ ਲੱਗੀ ਹੋਈ ਹੈ ਅਤੇ ਉਹ ਸਾਹਮਣੇ ਆਪਣਾ ਘਰ ਅਤੇ ਇਹ ਸਾਹਮਣੇ ਅੱਗੇ ਅੱਡਾ ਜਿਹੜੀ ਤੁਹਾਨੂੰ ਸਫੈਦ ਲਾਈਟ ਨਜ਼ਰ ਆ ਰਹੀ ਹੈ ਨਾ ਸਕਰੀਨ ਦੇ ਵਿੱਚ ਤੁਹਾਡੀ ਆਪਣੀ ਤੁਹਾਨੂੰ ਸਕਰੀਨ 'ਤੇ ਲਾਈਟ ਨਜ਼ਰ ਆ ਰਹੀ ਇਹ ਸਾਡੇ ਅੱਡੇ ਦੇ ਉੱਤੇ ਲਾਈਟ ਅੱਲਾ ਪਾਕ ਖੈਰ ਕਰੇ ਅਲ ਵਿਦਾ ਹੋ ਗਿਆ ਜੀ ਬਸ ਜਾ ਰਹੇ ਹਾਂ ਦਿਲ ਤਾਂ ਨਹੀਂ ਸੀ ਕਰ ਰਿਹਾ ਦਿਲ ਬੜਾ ਉਦਾਸ ਸੀ ਲੇਕਿਨ ਜਾਣਾ ਪੈਂਦਾ ਮਜਬੂਰੀ ਕੀ ਕਰੀਏ ਹੁਣ ਟਾਈਮ ਹੋ ਗਿਆ ਜੀ ਅੱਲਾ ਪਾਕ ਖੈਰ ਕਰੇ ਰਾਤ ਦੇ 10:30 ਅਤੇ ਇੱਥੋਂ ਮੈਨੂੰ ਗੱਡੀ 'ਤੇ ਬਹਿਣਾ ਪੈਣਾ ਮੈਂ ਜਾਵਾਂਗਾ ਚੌਕ ਆਜ਼ਮ ਔਰ ਚੌਕ ਆਜ਼ਮ ਤੋਂ ਫਿਰ ਅੱਗੇ ਮੈਨੂੰ ਗੱਡੀ ਮਿਲੇਗੀ ਰੇਂਜਰ ਖਾਨ ਦੀ ਤਕਰੀਬਨ ਕੋਈ 11:15 ਵਜੇ ਤੱਕ ਅੱਲਾ ਪਾਕ ਖੈਰ ਕਰੇ ਦੁਆ ਕਰਨਾ ਸਫ਼ਰ ਖੈਰ ਕਰੀਏ ਤਾਂ ਗੁਜ਼ਰ ਜਾਵੇ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਇਨਸ਼ਾਅੱਲਾ ਵੀਡੀਓ ਦੇ ਨਾਲ ਨਾਲ ਰਿਹਾ ਇਖਤਾਮ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਕਹਿੰਦਾ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰ ਦੇਣਾ ਚੈਨਲ ਨੂੰ ਨਵੇਂ ਤਾਂ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ 'ਤੇ ਕਲਿੱਕ ਕਰ ਦੇਣਾ ਔਰ ਯੂਟਿਊਬ ਚੈਨਲ ਪੰਜਾਬੀ ਵਲੌਗ 133 ਔਰ ਫੇਸਬੁੱਕ ਪੇਜ ਵੀ ਪੰਜਾਬੀ ਵਲੌਗ 133 ਦੇ ਨਾਮ ਤੋਂ ਇਨਸ਼ਾਅੱਲਾ ਤੁਸੀਂ ਦੇਖਦੇ ਰਿਹਾ ਕਰੋਗੇ ਮਿਲਦੇ ਨੈਕਸਟ ਕਿਸੇ ਅੱਛੀ ਵੀਡੀਓ ਤੋਂ ਆਪਣਾ ਖਿਆਲ ਰੱਖੋ ਅੱਲਾ ਹਾਫਿਜ਼